प्रोग्राम च एक फिर करते हैं जी ता निघा स्वागत। मेरे नाल साडे पंजाब तो एक बहुत महत्वपूर्ण शख्सियत मेरे नाल ने जिन्हों का जिंदगी दे हर खेत्र च इन्ना एक्सपीरियंस है कि कोई भी टॉपिक आप उन्होंने साझा कर लिए असी बहुत सारिया होर गल्लां करनियां चाहते सी पर पंजाब की इकोनमी ते आके गल शुरू हो गई साडी। गिल साहब तुसीं शुरुआत गल कीती सी कि सरकारां दी ना नीयत है ना नीति है, जिहड़े प्रोग्राम जिदा की मनरेगा स्कीम तुसीं दस रहे हो, मैं भी हुण पंजाब हुणे हुणे जा के आ, मैं होर भी एक एक्सपीरियंस तुहाडे नाल साझा करदा। जिहड़ी एक स्कीम इन्हां ने बैंकां थ्रू कीती है लिमिट बनाउण दी, वह मेरे ख्याल से गौरमेंट की नीयत वो पिछे तो हो सकती है कि किसान नू किसी आड़ती कोल किसी कोल व्याजी ना पैसा चुकना पै सबसिडी दे रेट दे उत्ते व्याज मिलता है, पर वो जिहड़ा बैंक ने की कर दिता है काम इस तरह का शुरू के हर पंजाब का हर बंदा करजाई हो गया, पैसे चुक के उन्होंने घर बनाने शुरू करते, विवाह खर्चने शुरू करते। मेरी गल सुचा सिंह गिल नाल शुरू की सी थोड़े दिन पहला, उन्होंने गल इस तरह ही इस मंच से गल हुई सी, उन्होंने मैनू ये कहा कि नहीं ये गलत प्रचार किया जाता है कि किसान जिहड़ा आ वो विआहां ते पैसे खर्च रहा आ जां अपने घर वड्डे बना रहा तां खर्च कर रहा वा, ये एक सरकार की बदनीति है कि इस तरह का प्रचार हो रहा। उन्हां दा कहण दा भाव यह सी कि जिदा तुसीं कहा कि जिहड़ियां स्कीमां गौरमेंट बनाउंदी आ पहलां ते स्कीमां इहो जिहियां बणदियां नहीं कि लोक हितू होण, जे कोई चंगी स्कीम आउंदी आ ते उहनूं उहदा प्रचार करन लई प्रसार करन लई लोकां तक लै के जाण लई जिहड़े पहलां जिदा खेतीबाड़ी इंस्पैक्टर हुंदे सन जां ग्राम ग्रामां दे विच ओह ग्राम सेवक हुंदे सन ਉਹਨਾਂ ਨੂੰ ਆਫੀਸਰ ਬਣਾ ਕੇ ਦਫ਼ਤਰਾਂ 'ਚ ਬਿਠਾ ਦਿੱਤਾ ਗਿਆ ਏਸੀ ਰੂਮ ਦੇ ਵਿੱਚ, ਕੋਈ ਬੰਦਾ ਜਾਂਦਾ ਹੀ ਨਹੀਂ ਪਿੰਡ 'ਚ। ਉਹਨਾਂ ਨੂੰ ਅਫਸਰ ਨਹੀਂ ਬਣਾਇਆ ਗਿਆ, ਪਹਿਲੀ ਗੱਲ ਤਾਂ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਥੱਲੇ ਦਾ ਢਾਂਚਾ ਸਾਰਾ ਛਾਂਕ ਦਿੱਤਾ ਗਿਆ। ਐਗਰੀਕਲਚਰ ਡਿਵੈਲਪਮੈਂਟ ਅਫਸਰ ਜਿਹੜਾ ਬਣਾਇਆ ਗਿਆ ਉਹ ਐਗਰੀਕਲਚਰ ਇੰਸਪੈਕਟਰ ਨੂੰ ਬਣਾਇਆ ਗਿਆ ਜਿਹੜਾ ਬਲਾਕ ਪੱਧਰ ਦਾ ਅਧਿਕਾਰੀ ਪਹਿਲਾਂ ਵੀ ਸੀ, ਉਹਦਾ ਨੋਮੀਨਕਲੇਚਰ ਚੇਂਜ ਕੀਤਾ, ਹੋਰ ਕੁਝ ਨਹੀਂ ਕੀਤਾ। ਨਹੀਂ ਪਰ ਉਹ ਇੰਸਪੈਕਟਰ ਪਹਿਲਾਂ ਖੇਤਾਂ 'ਚ ਜਾਂਦੇ ਸੀ, ਲੋਕਾਂ ਨੂੰ ਗਾਈਡ ਕਰਦੇ ਸੀ। ਖੇਤਾਂ 'ਚ ਹੁਣ ਵੀ ਜਾਂਦੇ ਆ, ਇਹ ਕਹਿਣਾ ਕਿ ਖੇਤਾਂ ਜਾਂਦੇ ਹੀ ਨਹੀਂ ਇਹ ਇੱਕ ਬੜਾ ਵੱਡਾ ਭੁਲਾਂਦਰਾ ਖੜਾ ਕਰਨ ਵਾਲੀ ਗੱਲ ਹੈ, ਖੇਤਾਂ 'ਚ ਹੁਣ ਵੀ ਜਾਂਦੇ ਆ। ਪਰ ਜਿੱਥੇ ਹੁਣ ਤੁਹਾਡੇ ਕੋਲ ਸੂਬੇ ਦੇ ਵਿੱਚ 5000 ਬੰਦੇ ਲੋੜ ਆ, ਜਸਟ ਇੱਕ ਮੈਂ ਇੱਕ ਤੁਹਾਨੂੰ ਅੰਦਾਜ਼ਾ ਦੇ ਰਿਹਾ, 5000 ਤੇ ਬੰਦਾ 'ਚ 750 ਰਹਿ ਗਿਆ ਤੇ ਜਿਹੜਾ ਬਾਕੀ 4300 ਥਾਵਾਂ ਖਾਲੀ ਨੇ, ਉਹ ਕਮੀ ਕਿੱਦਾਂ ਪੂਰੀ ਹੋਵੇ? ਉਹ ਪੌੜੀ ਤੇ ਡੰਡੇ ਹੀ ਹੈ ਨਹੀਂ ਤੇ ਕਿੰਨਾ ਕਿਛੜਪਾ ਮਾਰ ਕੇ ਤੁਸੀਂ ਟੱਪ ਜੋਗੇ ਤਾਂ ਨੂੰ। ਹੁਣ ਸਾਨੂੰ ਸਿਸਟਮ ਜਿਹੜਾ ਹੋਇਆ ਜਿਹੜਾ ਗੱਲ ਨੇ ਜਿਹੜੀ ਇਹਨਾਂ ਨੂੰ ਨੁਕਸਾਨ ਕੀਤਾ ਉਹ ਹੈਗਾ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਸਿਲਸਿਲਾ ਜਿਹੜਾ ਫੈਲ ਗਿਆ ਨਾ ਸਾਰੇ ਪਾਸੇ, ਉਹਨੇ ਸਾਡੇ ਸਾਰੇ ਤੰਤਰ ਨੂੰ ਹੁਣ ਬਿਲਕੁਲ ਕਰ ਦਿੱਤਾ, ਬਿਲਕੁਲ ਲੰਗੜਾ ਕਰਤਾ, ਲੰਗੜਾ ਨਹੀਂ ਕਰਤਾ ਲੂਲਾ ਕਰਤਾ। ਹੁਣ ਜਿਹੜੀ ਸਾਡੀ ਪ੍ਰਾਈਵੇਟ ਸੈਕਟਰ ਦੀ ਸਾਡੀ ਇਨਸੈਕਟੀਸਾਈਡ ਪੈਸਟੀਸਾਈਡ ਇੰਡਸਟਰੀ ਹੈ, ਹੁਣ ਉਹ ਡਿਸਟ੍ਰੀਬਿਊਸ਼ਨ ਤਾਂ ਉਹਨੇ ਸਿਸਟਮ ਡਿਵੈਲਪ ਕਰ ਲਿਆ ਆਪਣਾ, ਵਿਕਰੀ ਦਾ ਪ੍ਰਬੰਧ ਵੀ ਕਰ ਲਿਆ, ਪਰ ਉਹ ਗਰੰਟੀ ਨਹੀਂ ਕੀਤੀ ਕਿ ਸਾਡੀ ਫਸਲ ਨੂੰ ਕੀੜਾ ਨਹੀਂ ਲੱਗੇਗਾ। ਅਮੈਰੀਕਾ ਕੈਨੇਡਾ ਦੇ ਵਿੱਚ ਤੁਹਾਡੇ ਬਹੁਤ ਸਾਰੇ ਇਹੋ ਜਿਹੇ ਬਾਗ ਮੈਂ ਜਾਣਦਾ ਜਿਨ੍ਹਾਂ ਦੇ ਬਾਹਰ ਕਲੀਅਰ ਕੱਟ ਲਿਖਿਆ ਹੋਇਆ ਕਿ ਇਸ ਬਗੀਚੇ ਦੀ ਜਿਹੜੀ ਕੀਟਨਾਸ਼ਕ ਜ਼ਹਿਰਾਂ ਦੀ ਜ਼ਿੰਮੇਵਾਰੀ ਹੈ ਫਲਾਂ ਕੰਪਨੀ ਨੇ ਸਪਰੇ ਦੀ ਲਈ ਹੋਈ ਹੈ, ਇਹਦੇ ਵਿੱਚ ਇੰਨੀ ਤਰੀਕ ਨੂੰ ਸਪਰੇ ਕੀਤਾ ਗਿਆ ਸੀ, ਇੰਨੀ ਤਰੀਕ ਨੂੰ ਇਹਨੂੰ ਫੁੱਲ ਆਇਆ ਸੀ, ਇੰਨੀ ਤਰੀਕ ਨੂੰ ਫਲ ਪੱਕਾ ਹੋਣਾ, ਇੰਨੇ ਚਿਰ ਦੇ ਵਿੱਚ ਆਹ ਕੋਈ ਖਾਦਾਂ ਪਾਈਆਂ ਗਈਆਂ, ਇੰਨੇ ਚਿਰ ਨੂੰ ਪਾਣੀ ਲਾਇਆ ਗਿਆ, ਕੰਪਨੀਆਂ ਨੇ ਆਲਰੇਡੀ ਉਸ ਏਰੀਏ ਨੂੰ ਇਨਸੈਕਟ ਫਰੀ ਕੀਤਾ ਹੋਇਆ, ਕੀੜੇ ਤੋਂ ਮੁਕਤ ਕੀਤਾ ਹੋਇਆ, ਜ਼ਿੰਮੇਵਾਰੀ ਉਹਨਾਂ ਦੀ। ਸਰ ਮੈਂ ਥੋੜ੍ਹਾ ਜਿਹਾ ਤੁਹਾਨੂੰ ਟੋਕਾਂ, ਇਹ ਕਾਰਪੋਰੇਟ ਸੈਕਟਰ ਨੇ ਆਪਣੇ ਆਪ ਨਹੀਂ ਕੀਤਾ ਹੋਏਗਾ, ਇੱਕ ਸਿਸਟਮ ਹੈ, ਸਿਸਟਮ ਨੇ ਕੀਤਾ, ਸਰਕਾਰ ਦਾ ਇੱਕ ਸਿਸਟਮ ਹੈ ਕਿ ਉਹਨਾਂ ਨੂੰ ਇਹਦੇ ਵਿੱਚ ਬਾਈਂਡ ਕੀਤਾ ਗਿਆ, ਸਿਸਟਮ ਨੇ ਕਰਵਾਇਆ ਉਹਨਾਂ ਕੋਲ, ਜੀ ਹਾਂ ਸਿਸਟਮ ਕਰਵਾਇਆ, ਪਰ ਸਾਡੇ ਉਸ ਮੁਲਕ ਦੇ ਵਿੱਚ ਇਹ ਚੀਜ਼ ਨਹੀਂ ਹੈ, ਸਾਡੇ ਮੁਲਕ ਦੇ ਵਿੱਚ ਨਹੀਂ ਹੈਗੀ, ਆਪਾਂ ਖੁੱਲੀਆਂ ਛੱਡਿਆ ਨਾ ਸਭ ਨੂੰ, ਮੈਂ ਗੱਲ ਕਹਿ ਰਿਹਾ ਵੀਰੇ ਕਿ ਹੋਣੀ ਤਾਂ ਚਾਹੀਦੀ ਹੈ ਨਾ, ਇਹ ਗੱਲ ਮੈਂ ਕਹਿ ਰਿਹਾ, ਇਹ ਤਾਂ ਹੈ ਨਹੀਂ ਵੀ ਗੁਰਭਜਨ ਸਿੰਘ ਗਿੱਲ ਇਕੱਲਾ ਹੀ ਅਮਰੀਕਾ ਕੈਨੇਡਾ 'ਚ ਆਉਂਦਾ, ਸਾਡੇ ਵਜ਼ੀਰ ਵੀ ਆਉਂਦੇ ਨੇ, ਸਾਡੇ ਵਿਧਾਨਕਾਰ ਵੀ ਆਉਂਦੇ ਨੇ, ਸਾਡੇ ਬਿਊਰੋਕਰੇਟ ਵੀ ਆਉਂਦੇ ਨੇ, ਉਹ ਵੇਖਦੇ ਵੀ ਨੇ ਉਹਨਾਂ ਬਗੀਚਿਆਂ ਦੇ ਵਿੱਚ ਰਾਤਾਂ ਵੀ ਕੱਟ ਕੇ ਜਾਂਦੇ ਨੇ, ਉਹਨਾਂ ਦੇ ਰਿਸ਼ਤੇਦਾਰੀਆਂ ਵੀ ਨੇ ਉਹਨਾਂ ਲੋਕਾਂ ਦੀਆਂ, ਇਹ ਤਾਂ ਹੈ ਨਹੀਂ ਵੀ ਉਹ ਹਨੇਰੇ ਦਾ ਸਿਸਟਮ ਦੀ ਸਮਝ ਤਾਂ ਉਹਨਾਂ ਨੂੰ ਸਾਰੀ ਹੈ ਜੀ, ਇਹ 'ਚ ਤਾਂ ਕੋਈ ਸ਼ੱਕ ਨਹੀਂ। ਜਦੋਂ ਸਟੱਡੀ ਵਾਸਤੇ ਕੋਈ ਬੰਦਾ ਆਉਂਦਾ ਫਰਜ਼ ਕੀਤਾ ਖੇਤੀਬਾੜੀ ਦੀ ਸਟੱਡੀ ਵਾਸਤੇ ਕੈਲੀਫੋਰਨੀਆ 'ਚ ਆਉਂਦਾ ਜਾਂ ਤੁਹਾਡੇ ਪੈਂਡਿੰਗਟਨ 'ਚ ਆਉਂਦਾ, ਤੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਜੇ ਉਹ ਤਬਦੀਲੀਆਂ ਜਿਹੜੀਆਂ ਅਸੀਂ ਆਪਣੇ ਨਿਜ਼ਾਮ 'ਚ ਕਰਾਂਗੇ ਜਾਂ ਆਹ ਫਾਰਮ ਸਾਈਜ਼ ਆ, ਜਾਂ ਈਵਨ ਇਸ ਵਕਤ ਮੈਂ ਹੋਰ ਕਹਿੰਦਾ ਸਾਨੂੰ ਪਤਾ ਵੀ ਰਿਆੜਕੀ ਦੇ ਮਾਂ ਵਧੀਆ ਨੇ, ਉੱਥੇ ਮਸਰ ਸੋਹਣੇ ਹੁੰਦੇ ਆ, ਤੇ ਅਸੀਂ ਕਿਉਂ ਅਲਾਓ ਕਰਦੇ ਹਾਂ ਵੀ ਮੋਗੇ ਵਾਲਿਆਂ ਨੂੰ ਵੀ ਤੁਸੀਂ ਬੀਜੀ ਜਾਓ, ਤੁਹਾਨੂੰ ਪਤਾ ਵੀ ਬਠਿੰਡੇ ਦੇ ਵਿੱਚ ਅਤੇ ਫਰੀਦਕੋਟ ਦੇ ਵਿੱਚ ਨਰਮਾ ਬਹੁਤ ਸੋਹਣਾ ਹੁੰਦਾ, ਇਹਨੂੰ ਪੁੱਗਦੇ ਨਰਮਾ ਆ, ਕਿਉਂ ਝੋਨਾ ਲਾਉਣ ਦਿੰਦੇ ਹਾਂ ਵੀ ਆਪਾਂ? ਬਾਕੀ ਸਾਰੇ ਕੰਮਾਂ ਵਾਸਤੇ ਵਿਧਾਨਕ ਪ੍ਰਬੰਧ ਕਰਦੇ ਹਾਂ, ਜੇ ਫਰਜ਼ ਕੀਤਾ, ਮੈਂ ਇਹ ਕੋਈ ਸਿਫਤ ਨਹੀਂ ਕਰਨੀ ਚਾਹੁੰਦਾ, ਪੰਜਾਬ ਗਵਰਨਮੈਂਟ ਨੇ ਲੰਮਾ ਸਮਾਂ ਪਹਿਲਾਂ ਉਦੋਂ ਪਿਛਲੀ ਸਰਕਾਰ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਨਾਲ ਕੀਤਾ ਸੀਗਾ ਜੀ, ਉਹਨਾਂ ਨੇ ਨਹੀਂ ਕੈਪਟਨ ਨੇ ਨਹੀਂ ਸੀ ਕੀਤਾ, ਕੈਪਟਨ ਨੇ ਕੀਤਾ ਸੀ ਬੀਟੀ ਜ਼ੋਨ ਬਣਾਏ ਸੀਗੇ ਜੀ, ਕੁਝ ਪੰਜਾਬ ਨਹੀਂ ਬੀਟੀ ਕਾਟਨ ਵਾਲਾ ਕੀਤਾ ਸੀ, ਬੀਟੀ ਕਾਟਨ ਕੀਤੀ ਸੀ, ਬਾਸਮਤੀ ਜ਼ੋਨ ਬਣਾਏ ਸੀ, ਸਾਰਾ ਕੁਝ ਕੀਤਾ ਸੀ, ਪਰ ਜਿਹੜਾ ਕੰਮ ਮੈਂ ਦੱਸਣ ਲੱਗਿਆ ਉਹ ਦੱਸਣ ਲੱਗਿਆ ਵਾਂ, ਜਦੋਂ ਇਹਨਾਂ ਨੇ ਪਾਣੀ ਦੀ ਦੁਰਵਰਤੋਂ ਦੇ ਖਿਲਾਫ ਲੈਜਿਸਲੇਸ਼ਨ ਕੀਤੀ ਹੈ, ਪਹਿਲਾਂ ਆਰਡੀਨੈਂਸ ਕੀਤਾ ਫਿਰ ਲੈਜਿਸਲੇਸ਼ਨ ਕੀਤੀ ਹੈ, ਹੁਣ ਉਹਦੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਪਹਿਲਾਂ ਬੰਦੇ,
ਉਹ ਸੁੱਚਾ ਸਿੰਘ ਲੰਗਾਹ ਦੀ ਹਿੰਮਤ ਮੈਂ ਕਹਿੰਦਾ ਉਹਦੇ ਖਿਲਾਫ਼ ਹੋਰ ਜੋ ਮਰਜ਼ੀ 50 ਗੱਲਾਂ ਕਰੀ ਜਾਓ, ਪਰ ਜਿਹੜੀ ਮਰਦ ਬੱਚੇ ਵਾਲੀ ਗੱਲ ਕੀਤੀ ਉਸਨੇ ਉਹ ਇਹੀ ਕੀਤੀ ਕਿ ਉਸਨੇ ਲੈਜਿਸਲੇਸ਼ਨ ਹਕੂਮਤ ਤੋਂ ਕਰਵਾਇਆ ਕਿ 15 ਜੂਨ ਤੋਂ ਪਹਿਲਾਂ ਮੈਚ ਉਹ ਨਹੀਂ ਲਾਉਣ ਦੇਣਾ। ਉਹਨੇ ਆਪਣੇ ਪਿੰਡ 'ਚ ਵੀ ਆਪਣੇ ਰਿਸ਼ਤੇਦਾਰਾਂ ਦੀਆਂ ਪਨੀਰੀਆਂ ਵਹਾਈਆਂ, ਤਰਨ ਤਾਰਨ 'ਚ ਵਹਾਈਆਂ। ਕਹਿਣ ਦਾ ਭਾਵ ਹੈ ਵੀ ਜੇ ਤੁਹਾਡੀ ਵਿੱਲ ਹੋਵੇ, ਜਿਵੇਂ ਉਹ ਉਸਤਾਦ ਦਾਮਨ ਕਹਿੰਦੇ ਨਾ ਕਿ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰਿਆਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਜਦੋਂ ਵਿੱਲ ਹੁੰਦੀ ਹੈ ਸਟੇਟ ਦੀ, ਸਰਵ ਕਰ ਲੈਂਦੀ ਹੈ। ਮੈਂ ਕਹਿੰਦਾ ਚਿੜੀ ਖੰਭ ਨਹੀਂ ਫਟ ਸਕਦੀ ਜੇ ਸਰਕਾਰਾਂ ਦੀ ਵਿੱਲ ਹੋਵੇ ਤਾਂ। ਗਿੱਲ ਸਾਹਿਬ, ਪਿਛਲੇ 2 ਸਾਲ ਬੜਾ ਇੰਨਾ ਕੰਟਰੋਲ ਕੀਤਾ ਕਿ ਆ ਜਿਹੜਾ ਅੱਗ ਨਹੀਂ ਲਾਉਣੀ ਨਾੜ ਨੂੰ, ਅਤੇ ਇਸ ਵਾਰ ਇਲੈਕਸ਼ਨ ਈਅਰ ਆ ਗਿਆ ਅਤੇ ਐਰਕੀ ਖੁੱਲ੍ਹੀ ਛੁੱਟੀ ਦੇ ਦਿੱਤੀ, ਉਹ ਧੁੰਦ ਅਤੇ ਸਾਡਾ ਵੀ ਤਾਂ ਦੋਸ਼ ਹੈ, ਮਾਫ਼ ਕਰਨਾ ਵੀ ਅਸੀਂ ਅਸੀਂ ਫਿਰ ਡਾਂਗ ਤੋਂ ਡਰਨ ਵਾਲੇ, ਫਿਰ ਅਸੀਂ ਕੀ ਹੋਏ ਜਾਨਵਰ ਹੀ ਹੋਏ? ਇਹ ਤਾਂ ਮਨੁੱਖ ਦਾ ਸੁਭਾਅ ਹੈ ਜੀ, ਇੱਥੇ ਬੈਠਿਆਂ ਵੀ ਸੁਭਾਅ ਹੈ, ਮਨੁੱਖ ਦਾ ਸੁਭਾਅ ਨਹੀਂ ਹੈਗਾ। ਹਰਜੀਤ ਸਿੰਘ, ਤੂੰ ਵੀ ਆਪਣੇ ਪਿੰਡੋਂ ਜੋ ਚੱਲਦਾ ਹੁੰਦਾ ਚੰਡੀਗੜ੍ਹ ਜਾਣ ਵਾਸਤੇ ਅਤੇ ਖਰੜ ਲੱਗੇ ਆ ਕੇ ਬੈਲਟ ਲਾਉਂਦਾ ਹੁੰਦਾ ਸੀ, ਤੂੰ ਵੀ ਦੇਖਦਾ ਸੀ ਵੀ ਮੇਰੀ ਕਾਰ ਧੂੰਆਂ ਮਾਰਦੀ ਤੇ ਨਹੀਂ, ਕਿਤੇ ਸਰਟੀਫਿਕੇਟ ਜਿਹੜਾ ਹੈਗਾ ਲੱਗਿਆ ਹੋਇਆ ਨਾ, ਸਪੀਡ ਕਿਤੇ ਵੱਧ ਨਹੀਂ ਜਾਂਦਾ? ਮੈਂ ਸਰ ਇਹ ਸਾਰੇ ਉਹ ਕੁਛ ਕਰਦੇ ਨਹੀਂ, ਗੱਲ ਕਹਿ ਰਿਹਾ ਚੰਡੀਗੜ੍ਹ ਜਾ ਕੇ ਜੇ ਬੰਦੇ ਦੇ ਪੁੱਤ ਬਣ ਸਕਦੇ ਹਾਂ, ਕੈਨੇਡਾ ਅਮਰੀਕਾ ਜਾ ਕੇ ਅਸੀਂ ਸੜਕਣ ਦੇ ਪਿਸ਼ਾਬ ਕਰਨ ਤੋਂ ਰੁਕ ਸਕਦੇ ਹਾਂ, ਅਤੇ ਸਾਨੂੰ ਵੇਖੋ ਇਹ ਸਾਡੇ ਭਲੇ ਵਾਸਤੇ ਆ, ਜਿਹੜਾ ਆਪਾਂ ਸਿਰ ਦੇ ਉੱਤੇ ਪਾਉਂਦੇ ਹਾਂ ਉਹ ਹੈਲਮਟ, ਜਿਹਨਾਂ ਸਿਰ ਮੁੰਨਿਆ ਹੋਇਆ ਹੈਲਮਟ ਪਾਉਂਦੇ ਨੇ, ਉਹ ਉਹਨਾਂ ਦੀ ਸਿਰ ਦੀ ਸੁਰੱਖਿਆ ਵਾਸਤੇ ਆ, ਅਤੇ 90% ਸਾਡੇ ਮੁੰਡੇ ਬਾਂਹ 'ਚ ਪਾਇਆ ਹੁੰਦਾ ਸਿਪਾਹੀ ਦੇਖ ਕੇ ਉਹ ਸਿਰ 'ਤੇ ਧਰ ਲੈਂਦੇ ਆ। ਵੇਖੋ ਜਿਹੜੀ ਇਹ ਗਫਲਤ ਅਤੇ ਅਣਗਹਿਲੀ ਹੈ, ਇਹ ਖੂਨ ਤੋਂ ਕੱਢਣੀ ਪੈਣੀ ਹੈ ਜੀ। ਇਕੱਲਾ ਕੋਈ ਅਮਰਿੰਦਰ ਸਿੰਘ ਹੋਵੇ, ਸੁਖਬੀਰ ਸਿੰਘ ਹੋਵੇ, ਕੋਈ ਫੂਲਕਾ ਛੂਲਕਾ ਹੋਵੇ, ਇਹ ਰਲ ਕੇ ਇਹਨਾਂ ਨੇ ਤੁਹਾਡੇ ਆ ਕੇ ਸਿਰ ਦੇ ਉੱਤੇ ਆ ਕੇ ਨਹੀਂ ਹੈਲਮਟ ਰੱਖਣਾ, ਤੁਹਾਨੂੰ ਆਪਣਾ ਆਪ ਵੀ ਸੋਚਣਾ ਪੈਣਾ। ਦੱਤਾਂ ਤੇਰੀਆਂ ਨੇ ਚੁੱਕਣਾ ਅਖੀਰ ਤੇਰਾ ਭਾਰ, ਤੇਰਾ ਕੋਈ ਨਹੀਂ ਬੇਲੀ, ਤੇਰਾ ਕੋਈ ਨਹੀਂ ਯਾਰ, ਸੁਸਾਇਟੀ ਨੂੰ ਵੀ ਐਜੂਕੇਟ ਕਰਨਾ ਪੈਣਾ। ਗਿੱਲ ਸਾਹਿਬ, ਸਭ ਤੋਂ ਵੱਡੀ ਸੁਸਾਇਟੀ ਦੀ ਐਜੂਕੇਸ਼ਨ ਦੀ ਗੱਲ ਤੁਸੀਂ ਕੀਤੀ ਆ, ਚੇਤਨਾ ਦੀ ਗੱਲ ਕੀਤੀ ਹੈ, ਗੱਲ ਬਿਲਕੁਲ ਸਹੀ ਆ, ਪਰ ਜਿੰਨਾ ਚਿਰ ਲਾਅ ਇਨਫੋਰਸਮੈਂਟ ਏਜੰਸੀਆਂ ਸਖਤੀ ਨਾਲ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਹੋ ਕਿ ਝੋਨਾ ਦੀ ਕੀਤਾ ਉਹਨਾਂ 'ਤੇ ਲੋਕਾਂ ਨੇ ਉਹਨੂੰ ਅਡੋਪਟ ਕੀਤਾ, ਇਸੇ ਤਰ੍ਹਾਂ ਹੀ ਨਾੜ ਸਾੜਨ ਵਾਲੀ ਵੀ ਪਿਛਲੇ ਸਮੇਂ 'ਚ ਹੀ ਵੇਖਦੇ ਆ ਕੀਤਾ, ਇਹ ਗਲਤ ਗੱਲ ਹੈ, ਕਿਸਾਨੀ ਦੀ ਕਮਜ਼ੋਰੀ ਹੈ ਸਾਡੀ। 3 ਚੀਜ਼ਾਂ ਵੱਡੀਆਂ ਨੇ ਹਰਜੀਤ, 3 ਚੀਜ਼ਾਂ ਬਹੁਤ ਵੱਡੀਆਂ ਨੇ, ਹਰ ਗਵਰਨੈਂਸ ਜਿਹੜੀ ਹੈਗੀ 3 ਚੀਜ਼ਾਂ 'ਤੇ ਬੇਸਡ ਹੈ। ਪਹਿਲੀ ਚੀਜ਼ ਤਾਂ ਹੈਗੀ ਸਾਡੀ ਇੰਜੀਨੀਅਰਿੰਗ, ਕਿ ਸਾਡਾ ਢਾਂਚਾ ਜਿਹੜਾ ਹੈਗਾ ਉਹ ਪ੍ਰੋਪਰ ਹੈ ਕਿ ਨਹੀਂ ਹੈ, ਤਾਂ ਹੀ ਟ੍ਰੈਫਿਕ ਰੂਲਸ ਲਾਗੂ ਕਰੋਗੇ ਨਾ। ਜੇ ਤੁਸੀਂ ਬਕਾਇਦਾ ਡਿਮਾਰਕੇਟ ਕੀਤਾ ਹੋਇਆ ਕਿ ਕਿਹੜੇ ਏਰੀਏ ਦੀ ਕਿੰਨੀ ਸਪੀਡ ਹੈ, ਤੁਸੀਂ ਸੜਕਾਂ ਦੇ ਉੱਤੇ ਪੂਰੀ ਨਿਸ਼ਾਨਦੇਹੀ ਉਸ ਹਿਸਾਬ ਨਾਲ ਕੀਤੀ ਹੋਈ ਹੈ ਅਤੇ ਕਿਤੇ ਨੋਟੀਫਾਈ ਕੀਤਾ, ਤਾਂ ਹੀ ਤੁਸੀਂ ਕਿਸੇ ਚਲਾਨ ਕਰਨ ਦੇ ਲਈ ਅਧਿਕਾਰੀ ਹੋ ਨਾ, ਉਹ ਹੈਗੀ ਸਾਡੀ ਇੰਜੀਨੀਅਰਿੰਗ ਹੋ ਗਈ, ਸਾਰੀ ਪ੍ਰੋਪਰ ਹੋ ਗਈ। ਉਦੋਂ ਬਾਅਦ ਆ ਜਾਂਦੀ ਐਜੂਕੇਸ਼ਨ, ਕਿ ਲੋਕਾਂ ਨੂੰ ਐਜੂਕੇਟ ਕਰੋ ਕਿ ਭਾਈ ਇਸ ਸ਼ਹਿਰ ਦੇ ਵਿੱਚ, ਇਸ ਜ਼ੋਨ ਦੇ ਵਿੱਚ 9 ਵਜੇ ਤੋਂ ਲੈ ਕੇ 9 ਵਜੇ ਤੱਕ ਹੈਵੀ ਵਹੀਕਲ ਨਹੀਂ ਜਾ ਸਕਦਾ, ਬਿਲਕੁਲ 9 ਵਜੇ ਤੋਂ 9 ਵਜੇ ਤੱਕ ਇਹ ਸੜਕ ਦੀ ਸਪੀਡ ਇੰਨੀ ਹੈ, ਠੀਕ ਹੈ। ਤੀਸਰਾ ਆ ਗਿਆ ਇਨਫੋਰਸਮੈਂਟ, ਤੀਸਰੇ ਥਾਂ 'ਤੇ ਆਉਂਦੀ, ਹੁਣ ਸਾਡੀ ਕੀ ਪ੍ਰੋਬਲਮ ਬਣ ਗਈ? ਨਾ ਅਸੀਂ ਐਜੂਕੇਟ ਕੀਤਾ ਸੁਸਾਇਟੀ ਨੂੰ, ਨਾ ਅਸੀਂ ਪ੍ਰੋਪਰ ਇੰਜੀਨੀਅਰਿੰਗ ਕੀਤੀ ਹੈ। ਮੈਂ ਲੁਧਿਆਣੇ ਸ਼ਹਿਰ 'ਚ ਰਹਿੰਦਾ, ਮੈਂ ਬੜੀ ਵਾਰੀ ਪਿੱਠ ਹਟਿਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪੁੱਛ ਬੈਠਾ, ਉਹ ਯਾਰ ਉਸ ਫੁੱਟਪਾਥ ਕਿੱਥੇ ਗਿਆ ਜਿਹੜਾ ਸੜਕਾਂ ਦੇ ਕੰਢੇ 'ਤੇ ਕਿਸੇ ਵੇਲੇ ਹੁੰਦਾ ਸੀ? ਤੁਹਾਨੂੰ ਪਤਾ ਨਹੀਂ ਵੀ ਪੈਦਲ ਬੰਦੇ ਨੇ ਵੀ ਇਨਸਾਨੀ ਰੂਪ ਦੇ ਵਿੱਚ ਇਸ ਸੜਕ 'ਤੇ ਤੁਰਨਾ, ਪਤਾ ਨਾ? ਉਹ ਵਾਈਡਨਿੰਗ ਦੇ ਚੱਕਰ 'ਚੋਂ ਖਾਧੇ, ਵਾਈਡਨਿੰਗ ਚੱਕਰ 'ਚ ਖਾਧੇ ਨਹੀਂ ਗਏ, ਉਹਦੇ ਉੱਤੇ ਜਿੱਥੇ ਫਰਜ਼ ਕੀਤਾ ਪਲਾਂਟੇਸ਼ਨ ਕੀਤੀ ਹੋਈ ਫੁੱਟਪਾਥ ਦੇ ਉੱਤੇ, ਦਰਖਤ ਵੱਡੇ ਹੋ ਗਏ ਨੇ, ਕੋਲ ਦੀ ਲੰਘ ਨਹੀਂ ਸਕਦੇ। ਜੇ ਛਾਂ ਥੱਲੇ ਝੁੱਗੀ ਵਾਲਾ ਬੈਠਾ ਇੱਕ, ਉਹ ਉੱਥੇ ਜੁੱਤੀਆਂ ਕੱਢ ਦਾ ਕੋਈ ਕੁਛ ਕਰ ਰਿਹਾ, ਠੀਕ, ਉਹਨਾਂ ਵੀ ਰੁਜ਼ਗਾਰ ਕਮਾਉਣਾ, ਉਹਨਾਂ ਲਈ ਕੋਈ ਜ਼ੋਨ ਵੱਖਰਾ ਬਣਾ ਦਿਓ, ਕੋਈ ਉੱਥੇ ਚਾਬੀਆਂ ਲਾਈ ਜਾਂਦਾ ਜੰਦਰਿਆਂ ਨੂੰ, ਕੋਈ ਬੰਦਾ ਉੱਥੇ ਐਨਕਾਂ ਠੀਕ ਕਰੀ ਜਾ ਰਿਹਾ, ਕੋਈ ਬੰਦਾ ਉੱਥੇ ਛਤਰੀਆਂ ਠੀਕ ਕਰੀ ਜਾ ਰਿਹਾ, ਪੈਦਲ ਬੰਦਾ ਕਿੱਥੇ ਜਾਵੇ? ਗੱਲ ਸਾਹਿਬ, ਫਿਰ ਮੁੜਦੇ ਹਾਂ ਇੱਕ ਵਾਰੀ ਪੰਜਾਬ ਦੀ ਆਰਥਿਕਤਾ ਵੱਲ, ਜਿਹੜੀ ਕਿਸਾਨੀ ਦੇ ਉੱਤੇ ਕਾਫੀ ਟੇਕ ਰੱਖਦੀ ਆ। ਅੱਜ ਦੇ ਵਿਦਵਾਨ ਇਹ ਵੀ ਮਹਿਸੂਸ ਕਰਦੇ ਨੇ ਕਿ ਪਹਿਲਾਂ ਜਿੱਦਾਂ ਅਸੀਂ ਕਹਿੰਦੇ ਸੀ 65-70% ਕਿਸਾਨੀ 'ਤੇ ਪੰਜਾਬ ਜੀਂਦਾ, ਅਤੇ ਹੁਣ ਕਹਿੰਦੇ ਆ ਕਿ ਉਹ ਨਿਕਲ ਕੇ 25-30% ਹੀ ਰਹਿ ਗਈ ਆ, ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਘਟਣੀ ਆ। ਤੁਸੀਂ ਕੀ ਮਹਿਸੂਸ ਕਰਦੇ? ਤੁਸੀਂ ਸਾਰੀ ਉਮਰ ਕਿਸਾਨੀ ਨਾਲ ਵੀ ਸੰਬੰਧਿਤ ਰਹੇ ਹੋ, ਚੰਗੀ ਖੇਤੀ ਦੇ ਐਡੀਟਰ ਰਹੇ ਹੋ, ਔਰ ਐਗਰੀਕਲਚਰ ਯੂਨੀਵਰਸਿਟੀ 'ਚ ਬਹੁਤ ਚੰਗਿਆਂ ਅਹੁਦਿਆਂ 'ਤੇ ਰਹੇ ਹੋ, ਕਿਸਾਨਾਂ ਨਾਲ ਤੁਹਾਡਾ ਸਿੱਧਾ ਵਾਹ ਰਿਹਾ, ਤੁਸੀਂ ਸਮਝਦੇ ਹੋ ਕਿ ਅੱਜ ਦੇ ਸਮੇਂ 'ਚ ਜਿਹੜੀ ਸਾਡੀਆਂ ਯੂਨੀਵਰਸਿਟੀਜ਼ ਨੇ ਉਹ ਰੈਲੇਵੈਂਟ ਰਹੀਆਂ ਨੇ ਕਿਸਾਨੀ ਨੂੰ ਕੋਈ ਸੇਧ ਦੇਣ ਲਈ, ਕਿ ਉਹ ਸਿਰਫ ਹੁਣ ਦਿਖਾਵਾ ਰਹਿ ਗਿਆ ਜੀ? ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਭਟੋਰੇ ਨੂੰ। ਮੈਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਕਾਰਪੋਰੇਟ ਅਦਾਰਿਆਂ ਦੀ, ਵਿਸ਼ਵ ਦੀਆਂ ਕੰਪਨੀਆਂ ਵੱਡੀਆਂ ਦੀ ਸਰਦਾਰੀ ਦੇ ਥੱਲੇ ਅਸੀਂ ਲਾਮਲੇਟ ਹੋ ਗਏ, ਹਕੂਮਤਾਂ ਉਹਨਾਂ ਅੱਗੇ ਬੁਰੀ ਤਰ੍ਹਾਂ ਨਾਲ ਹੱਥ ਸੁੱਟ ਬੈਠੀਆਂ, ਹਥਿਆਰ ਸੁੱਟ ਬੈਠੀਆਂ। ਉਹ ਸੌਦੇਬਾਜ਼ੀ ਸੁੱਟਿਆ, ਇਹ ਵੀ ਨਹੀਂ ਸਾਨੂੰ ਪਤਾ, ਉਹਨਾਂ ਨੇ ਕਿਸੇ ਗਫਲਤ ਸੁੱਟਿਆ ਇਹ ਵੀ ਨਹੀਂ ਪਤਾ, ਆਪਣੀ ਨਲਾਇਕੀ ਕਰਕੇ ਸੁੱਟਿਆ ਇਹ ਵੀ ਨਹੀਂ ਪਤਾ। ਪਰ ਸੱਚ ਇਹ ਆ ਕਿ ਜਿੰਨਾ ਸਾਡੀਆਂ ਭਾਰਤੀ ਯੂਨੀਵਰਸਿਟੀਆਂ ਸਾਰੀਆਂ ਦਾ ਰਿਸਰਚ ਬਜਟ ਹੈ,
ਉਸ ਨਾਲੋਂ ਵੱਧ ਅਮਰੀਕਾ ਦੀ ਇੱਕ ਬਹੁ ਕੌਮੀ ਕੰਪਨੀ ਜਿਹੜੀ ਇਨਸੈਕਟੀਸਾਈਡ ਪੈਸਟੀਸਾਈਡ ਤੇ ਸੀਡਸ ਬਣਾਉਂਦੀ ਹੈ, ਮਨਸ਼ੈਟੋ, ਮੈਂ ਨਾਂ ਨਹੀਂ ਲੈਣਾ ਕਿਉਂਕਿ ਨਾਂ ਲਿਆ ਕਈ ਵਾਰੀ ਹਾਂ ਕਲੀਅਰ ਹੁੰਦਾ ਦਾਇਰੇ ਚ ਆ ਜਾਈਦਾ ਸਾਰੀਆਂ ਕੰਪਨੀਆਂ। ਚਲੋ ਉਸ ਕੰਪਨੀ ਦਾ ਰਿਸਰਚ ਡਾਇਰੈਕਟਰ ਮੇਰਾ ਦੋਸਤ ਹੈ, ਹੀ ਟੋਲਡ ਮੀ ਕਿ ਜਿੰਨਾ ਮੇਰਾ ਬਜਟ ਹੈ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਟੋਟਲ ਰਿਸਰਚ ਬਜਟ ਨਾਲੋਂ ਵੀ ਇਹ 10 ਟਾਈਮਸ ਵੱਧ ਹੈ। ਅੱਛਾ, ਹੁਣ ਜੇ ਤੁਸੀਂ ਬਘਿਆੜ ਦਾ ਮੁਕਾਬਲਾ ਕਰਨਾ ਤਾਂ ਬਈ ਇਹਨਾਂ ਦਸਾਂ ਪੰਜਾਂ ਦਾ ਮੈਂ ਕਰ ਨਹੀਂ ਸਕਦਾ, ਦਸਾਂ ਉਂਗਲਾਂ ਦਾ ਕਰ ਨਹੀਂ ਸਕਦਾ। ਉਹਦੇ ਲਈ ਤਾਂ ਮੈਨੂੰ ਬਕਾਇਦਾ ਪੈਂਤੜਾ ਚਾਹੀਦਾ, ਧਿਰ ਚਾਹੀਦੀ ਹੈ, ਹਥਿਆਰ ਚਾਹੀਦੇ ਨੇ। ਯੂਨੀਵਰਸਿਟੀਆਂ ਨੂੰ ਕਰਤਾ ਅਸੀਂ ਬਿਲਕੁਲ ਬੇਹਥਿਆਰੇ, ਫੰਡ ਸਿਰਫ ਤਨਖਾਹਾਂ ਜੋਗੇ ਰਹਿ ਗਏ, ਅਤੇ ਉਹਦੇ ਨਾਲ ਕੀ ਹੋਇਆ ਕਿ ਆਈ ਚਲਾਈ ਹੋ ਰਹੀ ਹੈ, ਫੋਟੋ ਖਿਚਾਉਣੀ ਹੋਵੇ ਤਾਂ ਯੂਨੀਵਰਸਿਟੀ ਹੈਗੀ ਹੈ, ਬਾਕੀ ਹਿੰਮਤੀ ਮੁੰਡੇ ਅਜੇ ਵੀ ਸਾਡੇ ਜਿਹੜੇ ਨੇ ਕਸਰ ਨਹੀਂ ਛੱਡ ਰਹੇ, ਕੋਈ ਰਿਸਰਚ ਵੱਲੋਂ ਕਸਰ ਨਹੀਂ ਛੱਡ ਰਹੇ। ਅੰਤਰਰਾਸ਼ਟਰੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਰਿਸਰਚ ਸਟੇਸ਼ਨਸ ਨੇ, ਉਹਨਾਂ ਦੇ ਸਾਇੰਟਿਸਟ ਆ ਕੇ ਪਰੇਸ਼ਾਨ ਹੋ ਜਾਂਦੇ ਨੇ ਵੀ ਇੰਨੀਆਂ ਥੋੜ੍ਹੀਆਂ ਸਹੂਲਤਾਂ ਨਾਲ ਤੁਸੀਂ ਇੰਨੇ ਮਾਰਵਲਸ ਰਿਜ਼ਲਟ ਦੇ ਰਹੇ ਹੋ। ਰਾਈਸ ਦੇ ਵਿੱਚ, ਆਪਣੇ ਵੀਟ ਦੇ ਵਿੱਚ, ਕਾਟਨ ਦੇ ਵਿੱਚ ਬੜੀਆਂ ਬੜੀਆਂ ਨਵੀਆਂ ਵਰਾਇਟੀਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਡਿਵੈਲਪ ਕੀਤੀਆਂ ਨੇ। ਔਰ ਮੈਂ ਤਾਂ ਕਈ ਵਾਰੀ ਹੱਸਦਾ ਉਹਨਾਂ ਡਾਕਟਰ ਬਲਦੇਵ ਸਿੰਘ ਢਿੱਲੋਂ, ਸਾਡੇ ਵਾਈਸ ਚਾਂਸਲਰ, ਮੈਂ ਕਹਿੰਦਾ ਡਾਕਟਰ ਸਾਹਿਬ ਤੁਹਾਡੇ ਤਾਂ ਦਿਨ ਦੇ 24 ਘੰਟੇ ਥੋੜ੍ਹੇ, ਤੁਹਾਡੇ 38-40 ਘੰਟੇ ਚਾਹੀਦੇ ਨੇ ਇੱਕ ਦਿਨ 'ਚ ਹੋਣ, ਤਾਂ ਤੁਹਾਡਾ ਸਾਰਾ ਜਿੰਨੀ ਸਪੀਡ ਨਾਲ ਤੁਸੀਂ ਕੰਮ ਕਰਵਾ ਰਹੇ ਹੋ ਉਹ ਤਾਂ ਸਿਰੇ ਚੜ੍ਹ ਸਕਦਾ। ਮਤਲਬ ਡੈਡੀਕੇਸ਼ਨ ਪੂਰੀ ਰੱਖ, ਡੈਡੀਕੇਸ਼ਨ ਤਾਂ ਮੈਂ ਕਹਿੰਦੀ ਟੁੱਟ ਮਰ ਰਹੇ ਆ ਲੋਕ, ਟੁੱਟ ਮਰ ਰਹੇ ਸਾਇੰਟਿਸਟ ਸਾਡੇ, ਮਤਲਬ ਜਿਹੜੇ ਫੀਲਡ ਦੇ ਵਿੱਚ। ਮੈਂ ਨਾਂ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦਾ, ਇੰਨੀ ਜਾਨ ਨਾਲ ਮੁੰਡੇ ਮਾਰ ਰਹੇ ਨੇ ਕਿ ਯਾਰ ਜਦੋਂ ਉਹਨਾਂ ਨੂੰ ਕਹਿੰਦੇ ਸਰ ਮੈਨੂੰ ਜੀ ਕਰਦਾ ਮੈਨੂੰ ਇਹਦੇ ਨਾਲ ਮੈਨੂੰ ਗੋਲੀ ਮਾਰ ਦਿਓ, ਮੈਨੂੰ ਆਹ ਗੱਲ ਨਾ ਸੁਣਾਓ ਕਿ ਯੂਨੀਵਰਸਿਟੀਆਂ ਕੁਛ ਨਹੀਂ ਕਰ ਰਹੀਆਂ। ਰੀਜ਼ਨ ਕੀ ਹੈ ਕਿ ਤੁਸੀਂ ਉਹਦੀ ਬਾਹਾਂ ਦੇ ਪਿੱਛੇ ਬੰਨੀਆਂ ਨੇ, ਜੇ ਕਹਿੰਦੇ ਤੂੰ ਦਾਰਾ ਸਾਹਿਬ ਭਲਵਾਨ ਦਾ ਘੋਲੋ ਕਿੱਦਾਂ ਘੋਲ ਲੈਣਗੇ ਉਹ, ਮੇਰੀਆਂ ਬਾਹਾਂ ਖੁੱਲ੍ਹੀਆਂ ਛੱਡੋ, ਫਿਰ ਦੱਸਾਂ ਮੈਂ ਵੀ ਦਾਰਾ ਸਾਹਿਬ ਭਲਵਾਨ ਨੂੰ ਢਾਉਣਾ ਕਿੱਦਾਂ ਆ, ਇੱਕ ਤਾਰ ਸਾਹਿਬ ਭਲਵਾਨ ਨੂੰ ਕਿੱਦਾਂ ਢਾਉਣਾ। ਕਹਿਣ ਦਾ ਭਾਵ ਆ ਕਿ ਮਤਲਬ ਮੈਂ ਇਹ ਨਾਂ ਦੋ ਲੈ ਰਿਹਾ ਇਸ ਕਰਕੇ ਕਿ ਮੈਨੂੰ ਕੁਸ਼ਤੀ ਨਾਲ ਸੰਬੰਧਿਤ ਨਾਂ ਨੇ, ਅਦਰਵਾਈਜ਼ ਜੇ ਵਿਗਿਆਨ ਦੇ ਖੇਤਰ 'ਚ ਸਾਡਾ ਮੁਕਾਬਲਾ ਕਰਨਾ ਸਾਨੂੰ ਉਨੀਆਂ ਸਹੂਲਤਾਂ ਦੇ ਕੇ ਵੇਖੋ ਜਿਹੜੀਆਂ ਸਹੂਲਤਾਂ ਵਿਸ਼ਵ ਪੱਧਰ ਦੇ ਇੰਸਟੀਟਿਊਸ਼ਨ ਦੇ ਵਿੱਚ ਹੈਗੀਆਂ ਨੇ। ਜੇ ਉਹਨੇ ਵਿਚਾਰੇ ਨੇ ਨਿੱਕਾ ਮੋਟਾ ਕੋਈ ਕੈਮੀਕਲ ਖਰੀਦਣ ਵਾਸਤੇ ਵੀ ਅਰਜ਼ੀਆਂ ਤੇ ਅਰਜ਼ੀਆਂ ਦੇਈ ਤੁਰੇ ਜਾਣੀਆਂ ਤੇ ਪਤਾ ਲੱਗਣਾ ਹੁਣ ਫੰਡਸ ਹੈ ਨਹੀਂ ਤੇ ਉਹ ਕੀ ਕਰੇਗਾ। ਕਦੀ ਕਦੀ ਐਂ ਲੱਗਦਾ ਕਿ ਜਿਹੜੇ ਸਾਡੇ ਸਾਇੰਟਿਸਟ ਨੇ, ਲੇਖਕ ਨੇ, ਬੁੱਧੀਜੀਵੀ ਨੇ, ਉਹਨਾਂ ਹਰ ਚੀਜ਼ ਦਾ ਇੱਕ ਚੌਕਟਾ ਨਿਰਧਾਰਿਤ ਕਰ ਲਿਆ। ਜਿੱਦਾਂ ਮੇਨ ਤੌਰ ਜੇ ਹੁਣੇ ਆਪਾਂ ਗੱਲ ਕਰਕੇ ਹਟੇ ਵੀ ਸਾਡੇ ਕੋਲ ਫੰਡ ਨਹੀਂ ਹੈ, ਜੇ ਕਿਸੇ ਤੁਸੀਂ ਹੋਰ ਕਿਸੇ ਇਸ਼ੂ 'ਤੇ ਗੱਲ ਕਰਦੇ ਹੋ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਉਹ ਕਿਰਾਏ ਕਿਉਂ ਪੈ ਰਹੀ ਆ, 4-5 ਮੋਟੀਆਂ ਮੋਟੀਆਂ ਚੀਜ਼ਾਂ, ਇੱਕ ਨਸ਼ਾ, ਇੱਕ ਮੋਬਾਈਲ, ਇੱਕ ਇਹ ਕਿਰਾਏ ਪੈ ਗਈ, ਮਤਲਬ ਇਹ ਉਸ ਚੌਕਟੇ 'ਚੋਂ ਬਾਹਰ ਆ ਕੇ ਉਹਨਾਂ ਨੂੰ ਸਿਹਤ ਨਜ਼ਰ ਨਹੀਂ ਆਉਂਦੀ। ਕਦੀ ਹੈਗਾ ਇਸ ਤਰ੍ਹਾਂ ਨਹੀਂ ਹੈਗਾ, ਫਰਜ਼ ਕੀਤਾ ਵਿਕਾਸ ਦਾ ਮਾਡਲ ਕੋਈ ਬਣਾਉਣਾ ਤਾਂ ਉਹਦੇ ਵਿੱਚ ਸਿਰਫ ਤੇ ਸਿਰਫ ਮਸ਼ੀਨੀ ਕਿਸਮ ਦੇ ਫੈਸਲੇ ਹੁੰਦੇ ਆ, ਚੌਕਟੇ ਵਰਗੇ ਫੈਸਲੇ ਹੁੰਦੇ ਆ, ਉਹੀ ਮੈਂ ਕਹਿ ਰਿਹਾ ਨਾ, ਸੋਸ਼ਲ ਸਾਇੰਟਿਸਟ ਨਹੀਂ ਸ਼ਾਮਿਲ ਹੁੰਦਾ, ਹਾਂ, ਉਹ 'ਚ ਸਾਈਕੋਲੋਜਿਸਟ ਸ਼ਾਮਿਲ ਨਹੀਂ ਹੁੰਦਾ। ਉਸ ਗੱਲ ਨੇ ਕੀ ਇੰਪੈਕਟ ਪਾਉਣਾ, ਕਿਹੜੀ ਪੋਲਿਸੀ ਦਾ ਸੋਸ਼ਲ ਇੰਪੈਕਟ ਕੀ ਪੈਣਾ। ਹੁਣ ਫਲਾਈਓਵਰਸ ਨੇ ਬੜੇ ਸੋਹਣੇ ਲੱਗਦੇ ਫੋਟੋ ਦੇ ਵਿੱਚ, ਉਹ ਹਵਾਈ ਫੋਟੋ ਖਿੱਚ ਲਓ ਹੋਰ ਵੀ ਸੋਹਣੇ ਲੱਗਦੇ, ਲੱਗਦਾ ਐਨ ਨਿਊਯਾਰਕ ਦਾ ਬੜੀ ਡਿਵੈਲਪਮੈਂਟ ਹੋ ਗਈ, ਇਨਫਰਾਸਟ੍ਰਕਚਰ ਬਣ ਰਿਹਾ ਹੈ ਨਾ, ਦਿਸਦੀ ਹੈ। ਹੁਣ ਦੂਜੇ ਬੰਦੇ ਇਹ ਗੱਲ ਹੈ ਕਿ ਜਦੋਂ ਸਾਰਾ ਕੁਝ ਦਿਸ ਰਿਹਾ ਉਹ ਨੰਗੀ ਅੱਖ ਨੂੰ ਦਿਸ ਰਿਹਾ, ਪਰ ਉਹਦੇ ਨਾਲ ਜਿਹੜੀ ਭੂਆ ਵਿਆਹੀ ਸੀ ਸੜਕ ਦੇ ਦੂਸਰੇ ਬੰਨੇ, ਝੋਲਾ ਚੁੱਕ ਕੇ ਜਿਹੜੀ ਪੇਕੀ ਮਿਲ ਕੇ, ਤੇ ਫਿਰ ਰਾਤ ਦੀ ਰੋਟੀ ਤੱਕ ਫਿਰ ਆ ਪਕਾ ਲੈਂਦੀ ਸੀ ਘਰੇ ਆ ਕੇ, ਉਹਨੂੰ ਜਦੋਂ ਇੱਕ ਖਾਸ ਦਰੇ ਥਾਣੀ ਲੰਘ ਕੇ ਜਾਣਾ ਪੈਂਦਾ, ਉਹਨੂੰ 25-30 ਕਿਲੋਮੀਟਰ ਪੇਕੇ ਦੂਰ ਕਰਤੇ ਸੀ, ਉਹ ਬੈਰੀਅਰ ਬਣ ਗਿਆ। ਅੱਛਾ ਜੀ, ਹਾਂ, ਉਹ ਸੋਸ਼ਲ ਇੰਪੈਕਟ ਅਸੀਂ ਕੈਸਣਾ ਸੀ, ਲੱਭਣਾ ਸੀ, ਉਹ ਕਿਸੇ ਨੇ ਨਹੀਂ ਕੀਤਾ। ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਈਕਲ ਵਾਲਾ ਬੰਦਾ ਹੈ, ਉਹਦਾ ਪੈਂਡਾ ਕਿੰਨਾ ਦੂਰ ਕਰਤਾ, ਉਹਦੀ ਸਪੀਡ ਕਿੰਨੀ ਘਟਾ ਤੀ, ਉਹਦੇ ਜੋਗੇ ਜਿਹੜੇ ਰਾਹ ਬਣਾਉਣੇ ਸੀ, ਖੇੜੇ ਬਣਾਉਣੇ ਸੀ, ਉਹ ਕਿੰਨੇ ਕਿੰਨੇ ਫਾਸਲੇ ਬਣਾ ਦਿੱਤੇ, ਇਹ ਸਾਰੀਆਂ ਗੱਲਾਂ ਜਿਹੜੀਆਂ ਅਸੈਸ ਕਰਨ ਦੀ ਲੋੜ ਸੀ, ਨਹੀਂ ਹੋਈਆਂ। ਬਾਕੀ ਦੂਸਰੇ ਪਾਸੇ ਗੱਲ ਹੋਰ ਵੀ ਹਰਜੀਤ, ਜਿਹੜੀ ਸਮਝਣ ਦੀ ਲੋੜ ਹੈ ਕਿ ਸਾਡੇ ਮਾਇੰਡ ਸੈੱਟ ਦੇ ਵਿੱਚ ਇਹ ਗੱਲ ਬਣ ਗਈ ਹੈ ਕਿ ਸਿਆਸਤਦਾਨ ਸਾਰੇ ਚੋਰ ਹੈ, ਕੱਖ ਨਹੀਂ ਕਰਦੇ, ਇਹਨਾਂ ਨੂੰ ਸਵਾਏ ਲਾਲ ਬੱਤੀਆਂ ਤੋਂ ਬਿਨਾਂ ਕੱਖ ਨਹੀਂ ਚਾਹੀਦਾ, ਗਨਮੈਨ ਹੁੰਦੇ ਮਿਲੇ ਹੋਏ ਨੇ, ਹੂਟਰ ਵਜਾਉਂਦੇ ਫਿਰਦੇ ਨੇ, ਜਿਵੇਂ ਅਪੋਜੀਸ਼ਨ ਦਾ ਸਵਾਲ ਇੱਕ ਅਕਸਰ ਆਮ ਸਮਾਜ ਤੇ ਹੀ ਸੋਚਦਾ ਨਾ ਬਾਰੇ, ਪਰ ਮੈਂ ਯਾਰ ਐਸੇ ਐਸੇ ਮੁੰਡੇ ਵੀ ਜਾਣਦਾ ਜਾਨ ਮਾਰ ਰਹੇ ਨੇ ਆਪਣੀ, ਉਹ ਸਾਡੇ ਉਹ ਦਾਖਾ ਕੰਸਟੀਚੁਐਂਸੀ ਦੀ ਮੈਂ ਤੁਹਾਨੂੰ ਗੱਲ ਕਰਨਾ, ਇਕੱਲੇ ਦੀ ਇੱਕ ਨਹੀਂ ਕਰਾਂਗਾ ਸਿਰਫ, 76 ਪਿੰਡਾਂ ਦੇ ਵਿੱਚ ਉਸਨੇ ਮਲਟੀਪਰਪਜ਼ ਸੈਰਗਾਹਾਂ ਅਤੇ ਸਟੇਡੀਅਮਸ ਬਣਾ ਦਿੱਤੇ ਨੇ, ਕਾਹਦੇ ਨਾਲ, ਮਨਰੇਗਾ ਸਕੀਮ ਦੇ ਪੈਸੇ ਨਾਲ, ਅਤੇ ਗਵਰਨਮੈਂਟ ਆਫ ਇੰਡੀਆ ਦੇ ਬਾਕੀ ਸਕੀਮ ਦੇ, ਇੱਕ ਦਵਾਨੀ ਸੂਬੇ ਦੇ ਫੰਡ 'ਚੋਂ ਨਹੀਂ ਲੱਗੀ, ਉਹ ਲੋਕਲ MLA ਨੇ ਹੋਮਵਰਕ ਕਰਕੇ, ਹਾਂ ਅੱਛਾ ਅੱਛਾ ਜੀ, ਹੋਮਵਰਕ ਕੀਤਾ ਜਦੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸੀ ਉਦੋਂ ਵੀ ਉਹਨੇ ਕੀਤਾ, ਮਨਪ੍ਰੀਤ ਦੀ ਗੱਲ ਕਰਦਾ ਮੈਂ ਮੁੰਡੇ ਦੀ, ਆਪਣਾ ਯਾਰੀ ਦੀ। ਇਸੇ ਤਰ੍ਹਾਂ ਦੇ ਨਾਲ ਜਿਹੜਾ ਸੀਵਰੇਜ ਸਿਸਟਮ 50 ਕਰੋੜ 'ਚ ਪੈਣਾ ਸੀ, ਉਹ ਸਾਡੇ ਗਿੱਲ ਕੰਸਟੀਚੁਐਂਸੀ ਦਾ ਮੁੰਡਾ ਜਿਹੜਾ MLA ਆ ਹੁਣ ਤਾਂ ਬਣਾਤਾ ਇਹਨਾਂ ਨਿੱਕਾ ਵਜ਼ੀਰ ਜਿਹਨੂੰ ਕਹਿੰਦੇ ਨੇ, ਚੀਫ ਪਾਰਲੀਮੈਂਟ ਸੈਕਟਰੀ ਦਰਸ਼ਨ ਸ਼ਿਵਾਲਕ, ਉਹਨੇ ਹੁਣ ਮਤਲਬ ਉਹ ਸਾਰਾ 30 ਕਰੋੜ 'ਚ 25 ਕਰੋੜ 'ਚ ਕਰਵਾ ਲੈਣਾ, ਉਹਨੇ ਲੋਕਾਂ ਦੀ ਮਦਦ ਨਾਲ, ਲੋਕਾਂ ਤੋਂ ਹਿਊਮਨ ਇਨਪੁਟ ਪਵਾ ਕੇ, ਆਪਣੇ ਇਲਾਕੇ ਦੇ ਲੋਕਾਂ ਤੋਂ ਕੰਮ ਕਰਵਾ ਕੇ।
ਜੀ ਮਤਲਬ ਜਿਹੜੇ ਜਿਹੜੀ ਜਿੱਥੇ ਕਿਤੇ ਚੰਗਾ ਕੰਮ ਕੋਈ ਕੋਈ ਵੀ ਵਿਰੋਧੀ ਪਾਰਟੀ ਦਾ ਕਰਦਾ ਬੰਦਾ ਚਾਹੇ ਚਾਹੇ ਕਾਂਗਰਸ ਦਾ ਕਰਦਾ ਅਕਾਲੀ ਦਲ ਦਾ ਕਰਦਾ ਈਵਨ ਕਮਿਊਨਿਸਟ ਵੀ ਕਰਦਾ ਸਾਨੂੰ ਸ਼ਲਾਘਾ ਕਰਨ 'ਤੇ ਲੱਗਿਆ ਕਿਉਂ ਮਤਲਬ ਸਾਡੇ ਮੂੰਹ ਦੇ ਅੱਗੇ ਕੁਛ ਜਾਲ ਜਾ ਜਾਂਦਾ ਕਿ ਅਸੀਂ ਉਸ ਵੇਲੇ ਝਿਜਕ ਜਾਂਦੇ ਹਾਂ ਬਈ ਅਸੀਂ ਇੰਨੀ ਸਿਫਤ ਨਹੀਂ ਕਰਨੀ ਹਾਂ ਜਿੱਥੇ ਨੈਗੇਟਿਵਿਟੀ ਤੁਹਾਡੇ ਆਪਣੀ ਸੋਚ ਧਾਰਾ ਦੇ ਬੰਦੇ ਵਿੱਚ ਵੀ ਉਸ 'ਤੇ ਉਂਗਲ ਧਰਨ ਦੀ ਸਾਡੀ ਲਿਆਕਤ ਗੁਆਚ ਗਈ ਹੈ ਗਿੱਲ ਸਾਹਿਬ ਇੱਕ ਲਾਸਟ ਆਪਾਂ ਗੱਲ ਕਰਨੀ ਸਮਾਂ ਆਪਾਂ ਨੂੰ ਬਹੁਤ ਇਜਾਜ਼ਤ ਨਹੀਂ ਦੇ ਰਿਹਾ ਪੰਜਾਬ ਦੀ ਜਿਹੜੀ ਇਕੋਨਮੀ ਆ ਆਪਾਂ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਜਿਹੜਾ ਗ੍ਰਾਫ ਡਾਊਨ ਗਿਆ ਅਤੇ ਹੁਣ ਖੁਦਕਸ਼ੀਆਂ ਦੀ ਨੌਬਤ ਆ ਗਈ ਜਥੇਬੰਦਕ ਤੌਰ 'ਤੇ ਬਹੁਤ ਸਾਰੀਆਂ ਯੂਨੀਅਨ ਹੈ ਨੇ ਪਰ ਉਹ ਕੋਈ ਸਵਾਏ ਬਿਆਨ ਦੇਣ ਤੋਂ ਕੋਈ ਕੰਮ ਨਹੀਂ ਕਰਦੀਆਂ ਆਪਾਂ ਬਹੁਤੀ ਲੰਬੀ ਗੱਲ ਨਹੀਂ ਕਰਾਂਗੇ ਪਰ ਤੁਸੀਂ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੀ ਸਮੁੱਚੀ ਆਰਥਿਕਤਾ ਦਾ ਅਤੇ ਰਾਜਨੀਤਿਕ ਹਾਲਾਤਾਂ ਦਾ ਕੀ ਨਿਚੋੜ ਦੱਸਦੇ ਹੋ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਅਸੀਂ ਪੰਜਾਬ ਵੇਖਾਂਗੇ ਦੇਖੋ ਹਰਜੀਤ ਵੀਰੇ ਐਡੀ ਵੱਡੀ ਲਿਆਕਤ ਤਾਂ ਮੇਰੀ ਹੈ ਨਹੀਂ ਕਿ ਮੈਂ ਸਾਰਾ ਕੁਛ ਇੱਕ ਕੁੱਜੇ 'ਚ ਪਾ ਦਿਆਂ ਕਿ ਉਹਦੇ ਵਿੱਚੋਂ ਤੁਹਾਨੂੰ ਹਾਥੀ ਵੀ ਮਿਲ ਜਾਵੇ ਅਤੇ ਘੋੜੇ ਵੀ ਮਿਲ ਜਾਣ ਇਸ ਤਰ੍ਹਾਂ ਦਾ ਸੰਭਵ ਨਹੀਂ ਹੋਣਾ ਸਵਾਲ ਬੜਾ ਸਿੱਧਾ ਜਿਹਾ ਕਿ ਕਿਸਾਨੀ ਦਾ ਸੰਕਟ ਜਿਹੜਾ ਹੈਗਾ ਉਹ ਬੜਾ ਡੀਪ ਰੂਟਡ ਹੈ ਡੂੰਘੀਆਂ ਜੜ੍ਹਾਂ ਨੇ ਉਹਦੀਆਂ ਪਰ ਉਹਦੇ ਵਿੱਚ ਮਰ ਸਿਰਫ ਜੱਟ ਰਿਹਾ ਇਹ ਵੇਖਿਓ ਤੁਸੀਂ ਨੋਟ ਕਰਿਓ ਸਰਵੇ ਕਰਵਾ ਕੇ ਦੇਖ ਲਓ ਉਹਦੇ ਵਿੱਚ ਨਾ ਸੈਣੀ ਮਰ ਰਿਹਾ ਨਾ ਲਵਾਣਾ ਮਰ ਰਿਹਾ ਨਾ ਕੰਬੋ ਮਰ ਰਿਹਾ ਨਾ ਉਹਦੇ 'ਚ ਅਰਾਈ ਮਰ ਰਿਹਾ ਉਹ 'ਚ ਜੱਟ ਹੀ ਕਿਉਂ ਮਰ ਰਿਹਾ ਭਲਾ ਬਈ ਕਿਉਂਕਿ ਉਹ ਬਰੀਕੀ ਦੀ ਖੇਤੀ ਵਾਲਾ ਜਿਹੜਾ ਰਾਹ ਅਸੀਂ ਅਖਤਿਆਰ ਕਰਨਾ ਸੀ ਉਹ ਉਹਨੇ ਅਡਾਪਟ ਨਹੀਂ ਕੀਤਾ ਜਿਹਨੇ ਕਿਤੇ ਜਿੱਥੇ ਜਿਹੜੇ ਜੱਟ ਨੇ ਕੀਤਾ ਉਹ ਸੋਹਣੀ ਕਮਾਈ ਕਰ ਰਹੇ ਨੇ ਇੱਕ ਮੈਂ ਤੁਹਾਨੂੰ ਮਿਸਾਲ ਦਿੰਦਾ ਜਿਹੜੀ ਪ੍ਰੋਟੈਕਟਰ ਫਾਰਮਿੰਗ ਹੁਣ ਪੰਜਾਬ ਦੇ ਵਿੱਚ ਨਵਾਂ ਇੱਕ ਚੈਪਟਰ ਸ਼ੁਰੂ ਹੋਇਆ ਬੜਾ ਅੱਛਾ ਉਹ ਕਰਦੇ ਨੇ ਤੁਹਾਡੇ ਵਿਦੇਸ਼ਾਂ 'ਚੋਂ ਮਾਡਲ ਲੈ ਕੇ ਗਏ ਨੇ ਇੱਕ ਨੌਜਵਾਨ ਇੱਥੇ ਸਮਰਾਲੇ ਦੇ ਕੋਲ ਪਿੰਡ ਦਾ ਮੁਸ਼ਕਾਬਾਦ ਦਵਿੰਦਰ ਉਸ ਪਿੰਡ ਦਾ ਮੁੰਡੇ ਦਾ ਨਾਮ ਉਸ ਮੁੰਡੇ ਨੇ ਕਰਾਮਾਤਾਂ ਕਰਕੇ ਦਿਖਾਤੀਆਂ 7-8 ਏਕੜ ਦੇ ਵਿੱਚੋਂ ਉਹ ਲੱਖਾਂ ਰੁਪਇਆ ਕਮਾ ਰਿਹਾ ਸਿਰਫ ਆਪਣੀ ਪ੍ਰੋਸੀਜਰ ਫਾਰਮ ਦੇ ਸਭ ਇੰਡੀਵਿਜੁਅਲ ਐਫਰਟ ਦੀ ਨਹੀਂ ਗੱਲ ਆਪਾਂ ਸਮੁੱਚ ਸਮੁੱਚ ਦੀ ਗੱਲ ਕਰੀਏ ਉਹਦੇ ਨਾਲ ਦਾ ਕਾਫਲਾ 250 ਮੁੰਡਾ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਜਾਂ ਗੁਲਾਬ ਉਗਾ ਰਿਹਾ ਉਹ ਗੁਲਾਬ ਮੰਡੀਆਂ ਜਿਹੜੀਆਂ ਨੇੜੇ ਦੀਆਂ ਵੱਡੀਆਂ ਮੰਡੀਆਂ ਉਹਨਾਂ 'ਚ ਵੇਚ ਰਿਹਾ ਈਵਨ ਨਿੱਕੇ ਨਿੱਕੇ ਪਿੰਡਾਂ 'ਚ ਮੁੰਡਿਆਂ ਨੇ ਆਪਣੇ ਪ੍ਰੋਟੈਕਟਰ ਫਾਰਮਿੰਗ ਦਾ ਜਿਹੜਾ ਕਲਚਰ ਸ਼ੁਰੂ ਕੀਤਾ ਆ ਈਵਨ ਸੰਗਰੂਰ ਜ਼ਿਲ੍ਹਾ ਸਾਰਾ ਉਸ ਪਿੰਡ ਉਹਨੇ ਉਸ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਦੇ ਵਿੱਚ ਉਹ ਹੁਣ ਫਸਲਾਂ ਨਹੀਂ ਬੀਜਦੇ ਉਹ ਪਨੀਰੀਆਂ ਬੀਜਦੇ ਆ ਫਸਲ ਕਿਤੇ 1.5 ਕਿਲੋ ਜ਼ਮੀਨ ਹੈ ਉਹ 1.5 ਕਿਲੋ ਪਨੀਰੀ ਬੀਜਦਾ ਉਹ ਮੂਹੀਆਂ ਬਣਾ ਕੇ ਵੇਚਦਾ ਉਹ CH1 CH3 ਦੋ ਵਰਾਇਟੀਜ਼ ਨੇ ਮਿਰਚ ਦੀਆਂ ਉਹ ਪਿਰਚਾਂ ਦੀ ਪਨੀਰੀ ਬੀਜਦਾ ਟਮਾਟਰਾਂ ਦੀ ਪਨੀਰੀ ਬੀਜਦਾ ਕਨਾਲ ਕਨਾਲ ਡੂਢ ਕਨਾਲ 'ਚ ਉਹ ਪਨੀਰੀ ਵੇਚਦਾ ਯਾਰ ਇਹ ਅਕਲਾਂ ਸਿੱਖਣੀਆਂ ਪੈਣੀਆਂ ਜੀ ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਸਾਨੂੰ ਸਰਕਾਰਾਂ ਵੱਲ ਜਾਂ ਸਿਸਟਮ ਦੇ ਦੋਸ਼ ਕੱਢਣ ਤੋਂ ਸਵਾ ਉਹ ਵੀ ਕੱਢੋ ਉਹਦੇ ਤੋਂ ਜਥੇਬੰਦੀਆਂ ਨੇ ਕੱਢਣਾ ਆਪਣੇ ਤੌਰ ਦੇ ਉੱਤੇ ਇਕੱਲਾ ਰੋਣ ਦੀ ਥਾਂ ਦੇ ਉੱਤੇ ਸਾਨੂੰ ਕਮਾਉਣ ਦੀਆਂ ਵਿਧੀਆਂ ਨਵੀਆਂ ਸਿੱਖਣੀਆਂ ਪੈਣੀਆਂ ਨੇ ਇਕੱਲਾ ਰੁਦਨ ਕੀਤਿਆਂ ਸਾਡਾ ਗੁਜ਼ਾਰਾ ਨਹੀਂ ਹੋਣਾ ਜੇ ਰੁਦਨ ਇਕੱਲਾ ਕਰਦੇ ਰਹਾਂਗੇ ਤਾਂ ਗੱਲ 'ਚ ਰੱਸਾ ਸਾਡੇ 'ਚ ਹੀ ਪੈਣਾ ਅਸੀਂ ਉਸ ਤੋਂ ਮੁਕਤੀ ਹਾਸਲ ਕਰਨੀ ਬਾਕੀ ਜਿਹੜੀ ਗੱਲ ਇਹ ਵੀ ਹੈ ਸੁਪਨੇ ਕਿਹਨੂੰ ਨਹੀਂ ਲੈਣੇ ਆਉਂਦੇ ਕਿਹਨੂੰ ਚੰਗੇ ਨਹੀਂ ਲੱਗਦੇ ਕੌਣ ਨਹੀਂ ਚਾਹੁੰਦਾ ਆਪਣੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਾਉਣਾ ਇਹ ਸੱਚ ਹੈ ਕਿ ਮੁਕਾਬਲਾ ਵੱਧ ਗਿਆ ਸੋਸਾਇਟੀ ਦੇ ਵਿੱਚ ਇੱਕ ਸੋਸਾਇਟੀ ਦੇ ਰੱਜੇ ਪੁੱਜੇ ਲੋਕਾਂ ਦਾ ਕਾਫਲਾ ਬਣ ਗਿਆ ਇੱਕ ਲਿਸਿਆਂ ਦਾ ਬਣ ਗਿਆ ਹੁਣ ਰੱਜਿਆਂ ਪੁੱਜਿਆਂ ਦਾ ਮੁਕਾਬਲਾ ਕਰਨ ਦੀ ਥਾਂ 'ਤੇ ਲਿਸਾ 'ਚ ਕਹੇ ਮੈਂ ਹੁਣ ਫਾਹ ਦੇ ਕੇ ਮਰਨਾ ਅਤੇ ਮੈਂ ਵੀ ਇਹੋ ਕੋਈ ਸਾਰਾ ਹੱਸ ਹਾਸਲ ਕਰਨਾ ਨਹੀਂ ਸੰਭਵ ਹੈਗਾ ਹੁਣ ਮੇਰੀ ਪਾਇਆ ਨਹੀਂ ਹੈਗੀ ਕਿ ਮੈਂ ਇੱਕ ਮਹਿੰਗੀ ਕਾਰ ਖਰੀਦ ਸਕਾਂ ਅਤੇ ਮੈਂ ਕਹੀ ਜਾਵਾਂ ਨਹੀਂ ਜੀ ਮੈਂ ਤਾਂ ਛੋਟੀ ਸਸਤੀ ਕਾਰ ਲੈਣੀ ਨਹੀਂ ਅਤੇ ਮਰਨਾ ਹੀ ਹੋਰ ਕਿਉਂ ਨਾ ਗਿੱਲ ਸਾਹਿਬ ਕੋ ਜੀ ਭੰਡਾਰ ਹੈ ਬਹੁਤ ਸਾਰੇ ਜਿਹੜੇ ਮਰਜ਼ੀ ਟੋਪਿਕ 'ਤੇ ਅਸੀਂ ਗੱਲ ਕਰ ਲਈਏ ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਸਾਰੇ ਜਿਹੜੇ ਇਸ਼ੂ ਨੇ ਉਹ ਕਿਸੇ ਹੋਰ ਰੂਪ 'ਚ ਅਸੀਂ ਤੁਹਾਡੇ ਨਾਲ ਕਰਾਂਗੇ ਸਾਂਝੇ ਗਿੱਲ ਸਾਹਿਬ ਨਾਲ ਫਿਲਹਾਲ ਸਾਡਾ ਸਮਾਂ ਹੋ ਗਿਆ ਸਮਾਪਤ ਗਿੱਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਪੰਜਾਬ ਦੇ ਭਵਿੱਖ ਬਾਰੇ ਤੁਹਾਡੇ ਕੋਲ ਜਾਣਨਾ ਚਾਹੁੰਦੇ ਸੀ ਉਹ ਕੋਈ ਖਬਰ ਨਹੀਂ ਸਾਨੂੰ ਤੁਸੀਂ ਦਿੱਤੀ ਮੈਂ ਦੇ ਤਾਂ ਦਿੱਤੀ ਕਿ ਪੰਜਾਬ ਉਹਨਾਂ 'ਚ ਨਹੀਂ ਬਚ ਸਕਦਾ ਮਿੱਤਰਾ ਜਿੰਨਾ ਚਿਰ ਹੱਥੀਂ ਕੰਮ ਕਰਨ ਦੇ ਕਲਚਰ ਨੂੰ ਦੁਬਾਰਾ ਨਹੀਂ ਲਿਆਉਂਦਾ ਚਾਹੇ ਮੁੱਖ ਮੰਤਰੀ ਬਣਾ ਲਿਆ ਹਰਜੀਤ ਸਿੰਘ ਗਿੱਲ ਨੂੰ ਜਗਦੇਵਾਲੇ ਨੂੰ ਅਤੇ ਭਾਵੇਂ ਬਣਾ ਲਿਆ ਬਾਬੂ ਦਸਾਂਝ ਨੂੰ